ਮਹਿੰਗੇ ਤੋਂ ਮਹਿੰਗਾ ਸ਼ੂਜ਼ ਜਿਹੜਾ ਦਲਜੀਤ ਬਾਈ ਨੇ ਪਾਇਆ ਹੋਣਾ, ਮੈਂ ਵੈਸੇ ਗੈਸ ਮਾਰਦਾ ਵੀ ਇਹ ਤੋਂ ਵੀ ਉੱਤੇ ਹੁੰਦੇ ਆ ਸ਼ੂਜ਼। ਬਹੁਤ ਉਹਨਾਂ ਨੇ ਤਾਂ ਬਹੁਤ ਮਹਿੰਗੇ ਮਹਿੰਗੇ ਪਾਏ ਨੇ, ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਕਿਹੜੇ, ਪਰ ਮੈਨੂੰ ਪਤਾ ਕਿ ਉਹ ਬਹੁਤ ਮਹਿੰਗੇ ਪਾਉਂਦੇ। ਮਿਹਨਤ ਕਰਦਾ ਵਿਚਾਰਾ, ਮੁੜ ਕੇ ਰੀਲਾਂ ਚੰਗਾ ਲੱਗਦਾ ਕਿੱਥੇ, ਇਹ ਥੋੜੀ ਜਿਹੀ ਚੱਲਾਂ ਹੁਣ ਤਾਂ ਮੈਨੂੰ ਬਹੁਤ ਖੁਸ਼ੀ ਹੈ। ਪੈਸੇ ਬਹੁਤ ਲੈਂਦੇ ਰੀਲਾਂ ਪਾਉਣ, 5,000 ਰੁਪਏ ਦੀ ਪਰ ਰੀਲ, 10,000, 10,000 ਦੀ ਪਰ ਰੀਲ। ਰੀਲਾਂ ਤੋਂ ਬਿਨਾਂ ਗਾਣੇ ਨਹੀਂ ਚੱਲਦੇ, ਕਹਿੰਦੇ ਰੀਲਾਂ ਪਾਓ ਜੀ, ਟ੍ਰੈਂਡਿੰਗ ਮੇਂ ਲੈ ਕੇ ਆਓ ਜੀ, ਅਬ ਬੂਸਟ ਲਗਾਓ ਜੀ, ਅਬ ਬਲਕ ਮੇਂ ਲਗਾਓ ਜੀ, ਮੈਨੂੰ ਸਮਝ ਨਹੀਂ ਆਈ, ਮੈਨੂੰ ਤਾਂ ਇੰਨਾ ਗਾਣੇ ਦਾ ਨਹੀਂ। ਵੀਰੇ ਤੁਸੀਂ ਸਾਰੇ ਪੰਜਾਬ ਦੇ ਸਿੰਗਰਾਂ ਦੀ ਆਵਾਜ਼ ਬਣੇ ਅੱਜ, ਪਤਾ ਲਿਟਰਲੀ ਮੈਂ ਤੁਹਾਨੂੰ ਵਾਕਿਆ ਸੁਣਾਉਣਾ। ਚਲੋ ਕਹਿੰਦੇ ਕਿਹਦਾ ਵੱਡੀ ਛੋਟਾ ਮੂੰਹ ਵੱਡੀ ਗੱਲ ਕਰ ਲਾ, ਬਾਬਾ ਮੈਨੂੰ ਮਾਫ਼ ਕਰੀ, ਮੈਂ ਕਿਸੇ ਨਹੀਂ ਮੂੰਹ ਵੱਡਾ ਹੀ ਵੀਰੇ ਤੁਹਾਡਾ ਵੈਸੇ, ਉਹ ਦਾੜੀ ਵਧਾਈ ਹੋਈ ਹੈ ਭਰਾਵਾ ਜੀ। ਇਹ ਜਿਹੜੇ ਬੰਦੇ ਨੂੰ ਪਤਾ, ਕਈ ਬੰਦਿਆਂ ਨੂੰ ਪਤਾ ਜਿਹੜੇ ਸ਼ਾਇਦ ਤੁਹਾਡਾ ਚੈਨਲ ਦੇਖਦੇ ਹੋਣੇ, ਤੇ ਉਹ ਮਹਾਰਾਜ ਮੈਨੂੰ ਸਿੰਗਰ ਹੀ ਬੁਲਾਉਣੋਂ ਹਟ ਗਿਆ, ਉਹਨੇ ਮੈਨੂੰ ਮੁੜ ਕੇ ਫੋਨ ਹੀ ਨਹੀਂ ਕੀਤਾ ਪਤੰਦਰ ਨੇ, ਕਹਿੰਦਾ ਮਤਲਬ ਉਹਨੇ ਮੈਨੂੰ ਕਦੇ ਨਹੀਂ ਬੁਲਾਇਆ। ਸੋ ਯਾਰ ਮੈਂ ਵੱਧ ਘੱਟ ਨਾ ਬੋਲਿਆ ਭਰਾਵੋ, ਮੈਂ ਪਹਿਲੀ ਲੋਕ ਮੇਰੇ 'ਤੇ ਮਾਣ ਹੈਗੇ, ਮੈਂ ਭੌਂਕਾ ਬੰਦਾ, ਮੈਂ ਖੁੱਲ੍ਹੀ ਕਿਤਾਬ ਹਾਂ। ਗਾਣੇ ਦਾ ਬਾਈ ਦੀ ਪਹਿਲੀ ਲਾਈਨ ਕੀ ਸੀ? ਮੈਂ ਕਿਹਾ ਬਾਈ ਨੇ ਕਿਤੇ ਗੰਦਾ ਗਾਣਾ ਹੀ ਗਾਇਆ। ਠੁੱਕ ਨਾਲ, ਠੁੱਕ ਪਤਾ ਕਿਸ ਕੋ ਕਹਿੰਦੇ? ਠੁੱਕਣਾ ਨੀ ਬਿੱਲੋ ਵੱਡੇ ਵੱਡੇ ਠੋਕ ਤੇ। ਕਾਲੀ ਗੱਡੀ ਕਾਲਾ ਪਿਸਟਲ, ਤੂੰ ਬਸ ਗੋਰੀ ਗੋਰੀ ਹੈ, ਘੱਬਰੂ 320 ਦਾਸ ਲਾ, ਤੂੰ ਪਿੱਤਲ ਦੀ ਗੋਲੀ ਹੈ, ਮਿੱਠਾ ਕਿਵੇਂ ਸੁਭਾਅ ਹੋ ਜੂਗਾ, ਖਾਂਦਾ ਚੋਬਰ ਚੀਨੀ ਨੀ, ਇੱਕੋ ਨੁਕਤੇ ਵਿੱਚ ਮਕਾਉਂਦਾ ਕੋਲ ਕੋਈ ਨੁਕਤਾ ਚੀਨੀ ਨੀ, ਗੱਡ ਖਾਨੇ ਦੀਆਂ ਸੁਣੀ ਚੱਲ ਬੜਕਾਂ, ਕਬਜ਼ੇ 'ਚ ਲਈ ਫਿਰਦੇ ਆ ਸੜਕਾਂ, ਤੂੰ ਜੇ ਪਾਉਂਦੀ ਪਰੀਆਂ ਨੂੰ ਵੱਖ ਤਾਂ, ਗੱਭਰੂ ਬੀ ਟੀ ਸੀ ਵਾਲਾ ਪ੍ਰੋਡਕਟ, ਠੋਕਣਾ ਨੀ ਬਿੱਲੋ ਵੱਡੇ ਵੱਡੇ ਠੋਕ ਤੇ। ਯਾਰ ਵੀਰੇ ਕਿੰਨੀ ਤਿਆਰੀ ਆ ਯਾਰ ਤੁਹਾਡੀ, ਅੱਜ ਟੌਪ ਨੋਚ ਦੀ ਗੱਲ ਸੁਣਨ, ਟੌਪ ਨੋਚ ਗੱਭਰੂ ਆਇਆ, ਮੈਨੂੰ ਲੱਗਦਾ ਅੱਜ ਬਹੁਤ ਵੱਡਾ ਗਾਣਾ ਮੇਰੀ ਜ਼ਿੰਦਗੀ, ਮੈਨੂੰ ਰੋਟੀਆਂ ਪਾਉਣ ਵਾਲਾ ਟੌਪ ਨੋਚ ਹਜੇ ਤੱਕ ਚੱਲੀ ਜਾਣਾ, ਉਹ ਤਾਂ ਸਾਰੀ ਲਾਈਫ ਟਾਈਮ, ਲਾਈਫ ਟਾਈਮ ਗਾਣਾ ਬਣ ਗਿਆ ਮੈਨੂੰ, ਤੇ ਉਹਦੇ ਕਰਕੇ ਮੈਨੂੰ ਸ਼ੋਜ਼ ਮਿਲਦੇ ਆ। ਗਾਣੇ ਹੋਰ ਵੀ ਆ, ਉਹ ਤੋਂ ਬਾਅਦ ਹਸਲਿੰਗ ਗਾਣਾ ਆਇਆ, ਤੁਸੀਂ ਹਸਲਿੰਗ ਆਇਆ, ਕਾਫੀ ਗਾਣੇ ਤੁਸੀਂ ਸਾਰਿਆਂ ਨੇ ਸੁਣੇ ਹੋਣੇ, ਸਭ ਨੇ ਸੁਣੇ। ਹੈਬਿਟ ਗਾਣਾ ਆਇਆ, ਹੈਬਿਟ ਉਹਦੀ ਆਡੀਅੰਸ ਨਹੀਂ ਸੀ, ਉਹਦੀ ਆਡੀਅੰਸ ਜਿਹੜਾ ਟੌਪ ਨੋਚ ਉਹਦੀ ਕੁਛ ਹੋਰ ਆਡੀਅੰਸ ਆ, ਉਹ ਬੋਂਬੇ ਬੁੰਬੇ ਸਾਰੇ ਪਾਸੇ, ਮੈਨੂੰ ਅੱਜ ਵੀ ਮੈਸੇਜ ਆਉਂਦੇ ਆ, ਮੈਨੂੰ ਮੈਨੂੰ ਕਿਹਦੇ ਮੈਸੇਜ ਨਹੀਂ ਹੈ ਜਦੋਂ ਗਾਣਾ ਚੱਲਿਆ, ਕਿਹੜੀ ਕੁੜੀ ਦੇ ਮੈਸੇਜ ਨਹੀਂ ਆਏ, ਕਿਹੜੀ ਆਈ, ਮੈਨੂੰ ਚੰਗੇ ਚੰਗੇ ਬੰਦਿਆਂ ਦੇ ਮੈਸੇਜ ਆਇਆ, ਚੰਗੇ ਚੰਗੇ ਕਰੈਕਟਰਾਂ ਦੇ ਮੈਸੇਜ ਆਏ ਮੈਨੂੰ, ਮੈਂ ਜਿੰਨਾ ਕੋਲ ਜ਼ਿੰਦਗੀ, ਮੈਂ ਟੀਵੀ 'ਤੇ ਦੇਖਦਾ ਹੁੰਦਾ, ਮੈਂ ਕਿਹਾ ਅੱਛਾ ਯਾਰ, ਮੈਨੂੰ ਨੀਂਦ ਨਹੀਂ ਆਈ, ਮਤਲਬ 15-20 ਦਿਨ ਦਾ ਗਾਣਾ ਚੱਲਿਆ ਨਹੀਂ, ਮੇਰੇ ਨਾਲ ਵੀ ਪੇਟੀ ਪੈਕ ਹੋ ਗਈ, ਆਪਾਂ ਚੱਲੀਏ। ਵਿੱਕੀ ਕੌਸ਼ਲ ਬਹੁਤ ਸਪੋਰਟ ਹੈ, ਉਹਨਾਂ ਭਾਈ ਨੇ ਵੀ ਪਾਈਆਂ। ਮਹਾਰਾਜ ਤੁਸੀਂ ਦੇਖਦੇ ਹੋ, ਧੰਨਵਾਦ ਤੁਹਾਨੂੰ, ਥੈਂਕ ਯੂ, ਤੁਹਾਡਾ ਦੇਣਾ ਨਹੀਂ ਦਿਸਦਾ। ਐਮੀ ਬਾਈ ਨੇ ਕੀਤਾ ਸ਼ੇਅਰ, ਐਮੀ ਬਾਈ ਨੇ ਰੀਲ ਪਾਈ, ਤੇ ਮੈਨੂੰ ਸਾਰਿਆਂ ਦੇ ਮੈਸੇਜ ਆਏ, ਸਭ ਦੇ ਮੈਨੂੰ ਲਾਈਕ ਐਪਰੀਸ਼ੀਏਟ। ਅੱਛਾ ਮੈਂ ਵੀ ਥੋੜ੍ਹਾ ਬਹੁਤ ਰਿਕਾਰਡ ਕਰਦਾ, ਜਿੱਦਾਂ ਹੁਣ ਤੁਸੀਂ ਡੰਮੀਆਂ ਬਣਾਉਣ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਕੰਪੋਜੀਸ਼ਨਾਂ ਕਿਵੇਂ ਤੁਸੀਂ ਕਰਦੇ ਹੋ, ਕਿੱਦਾਂ ਤੁਹਾਡੇ ਹੁੰਦਾ ਵੀ ਆਹ ਗਾਣਾ ਲਿਰਿਕਸ ਅੰਦਰ ਅੰਦਰ ਕੁਛ ਅੰਦਰ ਵੀ ਗਾ ਗਾ ਕੇ ਦੇਖਦੇ ਰਹਿੰਦੇ ਹੋ? ਅੰਦਰ ਹੈਗਾ ਕੁਛ ਅੰਦਰ। ਅੱਛਾ ਮੇਰੇ ਕੰਨਾਂ 'ਚ ਖੁਰ ਕੋਈ ਨਹੀਂ, ਪਤਾ ਨਹੀਂ ਕਿਉਂ, ਇੱਕ ਬੰਦਾ ਤੇਜਿੰਦਰ ਕੰਨ ਮੇਂ ਖੁਰ ਕਰਵਾ। ਨਹੀਂ 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 ਉਹ ਹੈਗਾ ਵਰਡਸ ਕੀ ਹੁੰਦਾ, ਉਹ ਈਅਰਬਡ, ਈਅਰਬਡ ਸੀ ਅੰਦਰ। ਸੋਰੀ ਮੈਂ ਨਾ ਥੋੜੀ ਉਹ ਕਮੇਡੀ ਕ੍ਰੀਏਟ ਕਰਦਾ ਸੀ, ਉਹ ਪਤਾ ਨਹੀਂ ਹੋਈ ਕਿ ਨਹੀਂ। ਨਹੀਂ 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 ਉਹ ਦੇਖੀ ਜਾਂਦਾ, ਉਹ ਵੀਡੀਓ ਬਣਾਈ ਜਾਂਦਾ ਬੈਠਾ। ਵੀਡੀਓ ਬਣਾ ਰਹੇ ਹੋ, ਇਹ ਅਲਾਊਡ ਨਹੀਂ ਹੈ, ਜੇਲ੍ਹ ਹੋ ਜਾਂਦੀ ਹੈ। ਬਣਾ ਰਹੇ ਹੋ? ਚਲੋ ਕੋਈ ਰਹਿਣ ਦੋ, ਇੱਦਾਂ ਠੀਕ ਹੈ। ਉਹ ਉੱਪਰ ਪਏ ਨੇ ਮੇਰੀ ਦਰਾਜ 'ਚ ਪਏ ਨੇ ਯਾਰ ਬਡਸ। ਮੈਂ ਸਭ ਤੋਂ ਪਹਿਲਾਂ ਤੁਹਾਡੀ ਜੈਕਟ ਦੇਖੀ, ਤੇ ਵਧੀਆ ਆਊਟਫਿਟ ਤੁਹਾਡਾ, ਬੂਟ ਇੱਦਾਂ ਦੀ ਪਾਉਂਦੇ ਤੁਸੀਂ? ਨਹੀਂ ਕਦੇ, ਹੁਣ ਇਹ ਹੁਣ ਪਾਲਾ ਨਾ ਕਰਕੇ ਸਾਰੇ ਪਾਉਂਦਾ ਵੈਸੇ, ਮੈਂ ਮੈਨੂੰ ਸ਼ੂਆਂ ਦਾ ਸ਼ੌਂਕ ਬਹੁਤ ਆ। ਅੱਛਾ ਸ਼ੂਜ਼ ਮੇਰੇ ਕੋਲ ਕਾਫੀ ਹੈਗੇ, ਪਹਿਲਾਂ ਤਾਂ ਨਕਲੀ ਨੁਕਲੀ ਪਾਉਂਦੇ ਰਹੇ 2012-13 'ਚ ਤਾਂ, ਤੇ ਜਦੋਂ ਵਧੀਆ ਪੈਸੇ ਪੈਸੇ ਕਮਾਉਣ ਲੱਗ ਗਏ ਸੀ, ਫਿਰ ਆਪਾਂ ਵਧੀਆ ਲੈਣ ਲੱਗ ਗਏ ਸੀ। ਪਹਿਲਾ ਸ਼ੂ ਕਿਹੜਾ ਲਿਆ ਸੀ? ਆਹ ਲੈ ਲਿਆ ਯਾਰ, ਮਹਿੰਗਾ ਸ਼ੂ। ਮੈਂ ਸਭ ਤੋਂ ਪਹਿਲਾਂ ਐਡੀਡਾਸ ਦਾ ਲਿਆ ਸੀ, 5,000 ਰੁਪਏ ਦਾ, ਮੈਂ ਐਡਮਿੰਟਨ ਤੋਂ ਲਿਆ ਸੀ, ਕਹਿ ਲਈਏ ਹਾਂ ਐਡਮਿੰਟਨ ਤੋਂ ਲਿਆ ਸੀ ਐਡੀਡਾਸ। ਮਾਲ 'ਚ ਗਿਆ ਸੀ, ਐਡਮਿੰਟਨ ਸਭ ਤੋਂ ਵੱਡਾ ਮਾਲ ਹੈ ਇੱਕ, ਕਹਿੰਦੇ ਪਤਾ ਨਹੀਂ ਏਸ਼ੀਆ ਦਾ ਸਭ ਤੋਂ ਵੱਡਾ ਮਾਲ ਹੈ, ਮੇ ਵੀ ਮੈਂ ਗਲਤ ਨਾ ਐਡਮਿੰਟਨ, ਅਤੇ ਉੱਥੋਂ ਲਿਆ, ਉੱਥੋਂ ਲਈ ਸੀ ਪਹਿਲੀ ਵਾਰ, ਇੱਕ ਪਰਸ ਲਿਆ ਸੀ ਮੈਂ, ਅਤੇ ਇੱਕ ਲਿਆ ਸੀ ਮੈਂ ਬੂਟ। ਅੱਛਾ ਉੱਥੋਂ ਲਿਆ 5,000 ਦਾ ਬੂਟ ਹੈ,
ਮੈਨੂੰ ਜੀ ਖਾਨ ਦਾ ਫੋਨ ਆਇਆ, ਮੈਸੇਜ ਆਇਆ, ਸੁਣਿਆ ਯਾਰ ਤੂੰ ਕਿੱਥੋਂ ਲਈ ਆ, ਕਹਿੰਦਾ ਯਾਰ ਇਹ, ਮੈਂ ਕਿਹਾ ਯਾਰ ਇੱਥੋਂ ਲਿਆ ਸੀ ਮੈਂ ਤਾਂ, ਮਹਿੰਗੀ ਲੱਗਦੀ ਹੈ ਨਹੀਂ ਮਹਿੰਗੀ, 85-100 ਦੀ ਹੈ, ਮੈਂ ਤੁਹਾਨੂੰ 85-100 ਮਹਿੰਗਾ ਹੀ ਹੁੰਦਾ ਸਾਡੇ ਗਰੀਬ ਬੰਦਿਆਂ ਲਈ, 85-100 85-100 ਨਹੀਂ ਨਹੀਂ ਇੰਨੇ ਕਿਹਦੀ ਆਉਂਦੀ, ਮਤਲਬ ਵਧੀਆ ਚੀਜ਼ ਸਿੱਖਣ ਨੂੰ ਬਹੁਤ ਕੁਛ ਮਿਲਿਆ ਉੱਥੇ, ਮੈਨੂੰ ਲੱਗਦਾ ਵੀ ਹੁਣ ਜਿੱਦਾਂ ਮਨਿੰਦਰ ਭੁੱਟਰ ਵੀਰ ਆਏ ਸੀ, ਦੇਸੀ ਗਰੂ ਆਏ ਸੀ, ਹੋਰ ਜਾਨੀਆਂ ਮਹਿਨਾਨੀਆਂ, ਦਿਨੇਸ਼ ਵੀਰਾ ਸਪੀਡ ਰਿਕਾਰਡ ਤੋਂ ਸਾਰੇ ਆਏ ਸੀਗੇ। ਜੈਸੀ ਬੀ ਬਾਈ ਨੇ ਸਟੇਜ 'ਤੇ ਦੱਸਿਆ, ਕਹਿੰਦੇ ਯਾਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਹੁਣ ਮੈਨੂੰ ਨਾ ਬਾਹਲਾ ਵੀਡੀਓ 'ਤੇ ਖਰਚਾ ਨਹੀਂ ਕਰਨਾ ਪੈਣਾ, ਜਹਾਜ਼ ਦਿਖਾਓ, ਇਹ ਕਰੋ, ਉਹ ਕਰੋ, ਕਹਿੰਦਾ ਮੈਂ ਜਿੰਨਾ ਪੈਸਾ ਲਾਊਂਗਾ ਮਿਊਜ਼ਿਕ 'ਤੇ ਲਾਊਂਗਾ ਅਤੇ ਵਧੀਆ ਚੀਜ਼ ਬਣਾਊਂਗਾ ਆਡੀਓ, ਕਿਉਂਕਿ ਲੋਕ ਨਾ ਹੁਣ ਗਾਣਾ ਸੁਣਨ ਲੱਗ ਗਏ ਨੇ ਦੇਖਣ ਨਾਲੋਂ, ਜਿਵੇਂ ਤੁਹਾਡਾ ਗਾਣਾ ਵੀ ਗੱਡੀ 'ਚ, ਜਿਮ 'ਚ, ਸਾਰੇ ਕਿਤੇ ਵੱਜਿਆ, ਸਾਰਿਆਂ ਨੇ ਟੀਵੀ 'ਤੇ ਲਾ ਕੇ ਨਹੀਂ ਦੇਖਿਆ ਜ਼ਿਆਦਾ, ਦੁਨੀਆ ਬਿਜ਼ੀ ਬਹੁਤ ਆ ਵੀਰੇ, ਕੋਈ ਵਿਹਲਾ ਨਹੀਂ ਇੰਨਾ। ਮੈਂ ਕਿਤੇ ਅੱਜ ਮੈਂ ਕਿਸੇ ਦੇ ਨਾਲ ਸੀ 2-3 ਦਿਨ ਪਹਿਲਾਂ, ਸੋ ਉਹ ਬਾਹਰੋਂ ਆਏ ਹੋਏ ਸੀ, ਮੇਰੇ ਰਿਸ਼ਤੇਦਾਰ ਸੀ, ਉਹ ਕਹਿੰਦੇ ਯਾਰ ਅਸੀਂ ਇੰਨਾ ਆਰਾਮ ਕੀਤਾ ਨਾ ਇੰਡੀਆ ਆ ਕੇ, ਅਸੀਂ ਇੰਡੀਆ ਆ ਕੇ ਰਿਲੈਕਸ ਕਰ ਰਹੇ ਹਾਂ, ਕਹਿੰਦਾ ਸਾਨੂੰ, ਅਸੀਂ ਕਹਿੰਦੇ ਬੈੱਡ 'ਤੇ ਲਾਈਕ ਇੰਨੇ ਟਾਈਮ ਸੁੱਤੇ ਨਹੀਂ ਸੀ, ਜਿਹੜਾ ਇੰਡੀਆ ਹੋਟਲ ਜਾ ਕੇ ਸੁੱਤੇ ਪਏ, ਸਾਨੂੰ ਟਾਈਮ ਹੀ ਨਹੀਂ, ਕਹਿੰਦਾ ਮਹੀਨਾ ਹੋ ਗਿਆ ਸੀ ਸੌਂਦੇ ਨੂੰ, 3 ਘੰਟੇ ਸੋਲੇ ਭੱਜ ਲਏ ਕੰਮ 'ਤੇ, ਫਿਰ ਲੋਕਾਂ ਦੀ ਲਾਈਫ ਬਿਜ਼ੀ ਹੈ, ਲੋਕ ਨਹੀਂ ਧਿਆਨ ਦਿੰਦੇ, ਲੋਕ ਅੱਜ ਕੱਲ੍ਹ ਆਡੀਓ ਮਤਲਬ ਜ਼ਿਆਦਾ ਲਾ ਕੇ ਛੱਡ ਦਿੰਦੇ, ਉਹ ਚੱਲੀ, ਹਰੇਕ ਨੇ ਆਪਣੀ ਆਪਣੀ ਪਲੇਲਿਸਟ ਬਣਾਈ ਹੋਈ ਹੈ, ਇੱਦਾਂ ਹੀ ਹੈ ਨਾ, ਜਿਹੜਾ ਕਿੱਥੇ ਸਰੋ ਕਰਾਂ ਇਹਨੂੰ, ਗਾਰਬੇਜ 'ਚ ਪਾਉਂਦਾ ਇਹਨੂੰ, ਖੜ੍ਹਦਾ ਕੋਈ ਨਾ, ਇੱਥੇ ਫਿਰ ਕਰ ਦਿਓ ਸਾਈਡ 'ਤੇ ਕੋਈ ਗੱਲ ਨਹੀਂ, ਇੱਧਰ ਰਸੋਈ 'ਚ ਸਿੱਟ ਦਿਓ, ਇੱਥੇ ਲੈਫਟ ਸਾਈਡ 'ਤੇ ਡਸਟਬਿਨ ਹੈਗਾ, ਆ ਜਾਓ ਵੀਰੇ, ਆਹ ਦੇਖੋ ਕੁੜੀ ਮਿਹਦਤੀ ਤੁਸੀਂ। ਮੈਂ ਇੰਟਰਵਿਊ ਦੇਖੇ ਵੀਰੇ ਤੁਹਾਡੇ, ਆਹ ਜਿਹੜੇ ਦੇਖਦੇ ਆ ਉਹਨਾਂ ਨੇ ਵੀ ਤੁਹਾਡੇ ਇੰਟਰਵਿਊ ਗਾਏ ਹੋਏ ਨੇ ਸਾਰੇ, ਵੀ ਕਿੱਥੋਂ ਕੀ, ਮੈਂ ਸਿਰਫ ਮੈਂ ਕੁਛ ਸਿੱਖਣਾ ਚਾਹੁੰਦਾ ਬਈ, ਤੁਸੀਂ ਐਡੀ ਵੱਡੀ ਸ਼ਖਸੀਅਤ ਨਾ ਰਹੇ ਹੋ, ਦਿਲਜੀਤ ਦੋਸਾਂਝ, ਬਿਲਕੁਲ ਸਾਡੇ ਏਰੀਆ 'ਚ ਵੀ ਕਦੇ ਕਦੇ ਆਉਂਦੇ ਹੁੰਦੇ ਆ, ਉਹ ਰਣਵੀਰ ਰਹਿੰਦਾ ਮੁੰਡਾ, ਉਹ ਗਾਣੇ ਲਿਖਦਾ ਰਣਵੀਰ, ਅਸੀਂ ਇਕੱਠੇ ਉਹ ਕੋਰਸ ਕਰਦਾ ਰਿਹਾ ਮੇਰੇ ਨਾਲ। ਅੱਛਾ, ਮੈਂ ਸ਼ਿਮਲਾਪੁਰੀ ਦਾ, ਉੱਥੇ ਰਹਿੰਦਾ, ਅਸੀਂ ਕਨੇਡਾ ਵੀ ਇਕੱਠੇ ਗਏ ਹਾਂ, ਅਸੀਂ ਇੰਗਲੈਂਡ ਵੀ ਇਕੱਠੇ ਗਏ, ਰਣਵੀਰ ਕਦੇ ਮਿਲਿਆ ਤਾਂ ਪੁੱਛੋਗੇ ਵੀ ਕੀ। ਅੱਛਾ, ਉਹਦਾ ਗਾਣਾ ਉਹ ਬਹੁਤ ਮੁੰਡਾ ਚੰਗਾ, ਉਹ ਬਹੁਤ ਵੱਡੇ ਵੱਡੇ ਗਾਣੇ ਦਿੱਤੇ, ਅਸੀਂ ਇਕੱਠੇ ਰਹੇ, ਇੰਗਲੈਂਡ ਰਹੇ ਹਾਂ ਅਸੀਂ ਇਕੱਠੇ ਮਹੀਨਾ, ਅਸੀਂ ਕਨੇਡਾ ਵੀ ਰਹੇ ਹਾਂ। ਅੱਛਾ, 2 ਵਾਰੀ ਕਨੇਡਾ ਗਏ ਅਸੀਂ ਇਕੱਠੇ। ਅੱਛਾ, ਉਹ ਕੋਰਸ ਸਾਡੇ ਨਾਲ ਹੀ ਗਏ ਪਹਿਲੀ ਵਾਰ, ਅਸੀਂ ਤਾਂ ਪੁਰਾਣੇ ਸੀ, ਅਸੀਂ ਤਾਂ ਪੁਰਾਣੇ ਬਾਈ ਨਾਲ ਸਾਰੇ ਕੰਮ ਕਰਦੇ ਸੀ, ਸਾਰੇ ਮੁੰਡੇ ਛੋਟੇ ਛੋਟੇ, ਮੈਂ ਵੀ ਬਹੁਤ ਛੋਟਾ ਜਿਹਾ ਸੀ ਬਾਈ, ਲਾਈਕ ਜਦੋਂ ਮੈਂ ਬਾਈ ਦੇ ਬੈਂਡ 'ਚ ਗਿਆ ਸੀ ਮੈਂ ਛੋਟਾ ਜਿਹਾ ਸੀ, ਕੱਚਾ ਜਿਹਾ ਜਵਾਕ ਹੁੰਦਾ ਹੈ, ਅੰਬ ਤੋੜਿਆ ਹੁੰਦਾ, ਪਤਾ ਹੀ ਨਹੀਂ ਸੀ ਦੁਨੀਆ ਦਾ, ਪਤਾ ਜਾਂਦਾ ਸੀ ਬਸ ਖਾ ਲਿਆ ਪੀ ਲਿਆ ਮੌਜਾਂ ਮਾਰ ਲਈਆਂ ਅਤੇ ਕੰਮ ਕਰ ਲਿਆ। ਰਣਵੀਰ ਵੀ ਫਿਰ ਸਾਡੇ ਨਾਲ ਹੁੰਦਾ ਸੀ, ਬੈਚਮੇਟ ਸੀ ਸਾਡਾ, ਆਪਣੇ ਏਰੀਆ ਦੇ ਸ਼ਿਮਲਾ ਗਾਣੇ ਵੀ ਕੀਤੇ ਸੀ, ਗਾਣਾ ਆਇਆ ਸੀ ਇੱਕ ਬੜਾ ਵਧੀਆ, ਬਹੁਤ ਚੱਲਿਆ ਸੀ ਕਾਫੀ ਮੇਰੇ ਹਿਸਾਬ ਨਾਲ। ਨਿਰਨੇ ਕਾਲਜੇ ਕੁਛ ਆਇਆ ਫੇਵਰਿਟ, ਬਹੁਤ ਸੋਹਣਾ ਨਿਰਨੇ ਕਾਲਜੇ, ਨਿਰਨੇ ਕਾਲਜੇ। ਦਿਲਜੀਤ ਦੋਸਾਂਝ ਦੀ ਗੱਲ ਹੋਈ ਆ ਵੀ, ਕੋਈ ਘੈਂਟ ਜੀ ਗੱਲ ਵੀ ਤੁਹਾਨੂੰ ਲੱਗੀ ਹੋਵੇ ਯਾਰ। ਮੈਂ ਦੱਸਣ ਲੱਗਿਆ ਜੀ ਇੱਕ ਗੱਲ, ਅੱਜ ਮਤਲਬ ਕਾਫੀ ਇੰਟਰਵਿਊਜ਼ ਕੀਤੀਆਂ ਮੈਂ, ਪਤਾ ਨਹੀਂ ਉੱਥੇ ਮਤਲਬ ਉੱਥੇ ਦਾ ਮੂਡ ਹੁੰਦਾ ਜਿਹੜਾ, ਲਾਈਕ ਕੁਛ ਹੋਰ ਵੀ ਹੁੰਦਾ, ਕੁਛ ਚੱਲਦਾ ਰਹਿੰਦਾ ਸਾਰਾ ਕੁਛ, ਮੈਨੂੰ ਲੱਗਦਾ ਤੁਸੀਂ ਅੱਜ ਬੜਾ ਸਿੱਧਾ ਜਿਹਾ ਕਰਦੇ ਪਏ ਹੋ। ਬਾਈ ਦੇ ਨੇ ਜੀਜ਼ੀ 350 ਪਾਏ ਹੁੰਦੇ ਆ, ਕੀ ਚੀਜ਼ ਮੈਨੂੰ ਪਤਾ ਨਹੀਂ, ਜੀਜ਼ੀ 350 ਆ ਬੂਟ ਜਿਹੜੇ ਬਾਈ ਨੇ, ਸ਼ੂਜ਼ ਦਾ ਨਾਮ ਸ਼ੂਜ਼ ਬਾਈ, ਤੁਹਾਨੂੰ ਪਤਾ ਉਹਨਾਂ ਤੋਂ ਉੱਪਰ ਦਾ ਮਤਲਬ ਮੈਂ ਦੇਖਿਆ ਨਹੀਂ ਕਿਤੇ ਪਾਏ, ਜੀਜ਼ੀ ਸੁਣਿਆ ਜੀਜ਼ੀ, ਅਤੇ ਮੈਂ ਹਜੇ ਨਵਾਂ ਨਵਾਂ ਲੱਗਿਆ ਸੀ ਬਾਈ ਦੇ, ਮੈਂ ਵੀ ਚਲੋ 4 ਪੈਸੇ, ਮੈਂ ਕਿਹਾ ਯਾਰ ਮੈਂ ਵੀ ਲਿਆਉਣੇ, ਮੈਂ ਕਾਪੀ ਖਰੀਦ ਲਏ, ਮੈਂ ਮੰਗਾ ਲਏ ਇੰਟਰਨੈਟ ਤੋਂ 8500 ਰੁਪਏ ਦੇ, ਮੇਰੇ ਅੱਜ ਵੀ ਯਾਦ ਆ। ਅੱਛਾ, 2015 ਦੀ ਗੱਲ ਆ, ਅਤੇ ਮੈਂ ਮੰਗਾ ਲਏ, ਮੈਂ ਕਿਹਾ ਆਹ ਪਾਉਂਦੇ ਹਾਂ, ਮੈਂ ਕਿਹਾ ਨਾ, ਮੈਂ ਕਿਹਾ ਜੋ ਵੀ ਮਿਲ ਗਏ ਡਿੱਟੋ, ਹੁਣ ਮੈਨੂੰ ਪਤਾ ਨਹੀਂ ਸੀ ਓਰੀਜਨਲ, ਜਿਹਦੇ ਮੈਨੂੰ ਅਸੀਂ ਬੰਦੇ ਨੇ ਮੈਨੂੰ ਚੇਪ 'ਤੇ ਕਿਸੇ ਨੇ, ਉਹ ਮੈਂ ਔਨਲਾਈਨ ਸੀ, ਕੋਈ ਖਾਨ ਪਤਾ ਨਹੀਂ ਕਿਹੜੀ ਐਪ ਹੁੰਦੀ ਸੀ, ਪਤਾ ਨਹੀਂ ਕਿਹੜੀ ਖਾਨ ਕੁਛ ਹੁੰਦੀ ਸੀ ਕਰਕੇ, ਇੱਦਾਂ ਮੇਰੇ ਸ਼ਾਇਦ ਮੇ ਵੀ ਅਲੀ ਬਾਬਾ ਸ਼ਾਇਦ, ਉਹ ਤੋਂ ਮੈਂ ਮਸ਼ਹੂਰ ਸ਼ਾਇਦ ਮੰਗਾ ਲਏ ਬਾਈ, 8500 ਰੁਪਏ ਦੇ ਆ ਗਏ ਘਰੇ, ਮੈਂ ਬਾਈ ਜੀ ਇੱਥੋਂ ਪਾ ਕੇ ਏਅਰਪੋਰਟ ਤੋਂ ਮੈਂ ਫੋਟੋ ਮੈਂ ਖਿੱਚਦਾ ਵਾਂ, ਅੱਜ ਮੈਂ ਪਾ ਲਿਆ, ਬਾਈ ਦੇਖੂਗਾ ਜਾ ਕੇ ਸਵਾਦ ਆਊਗਾ ਨਾ, ਐਂ ਦਿਖਾਉਂਦਾ ਜਾਵਾਂਗੀ ਮੈਂ ਜੀ, ਮੈਨੂੰ ਬੜਾ ਗੁੱਡ ਫੀਲ ਹੋ ਰਿਹਾ ਕਿ ਮੈਂ ਜੀਜ਼ੀ ਲੈ ਰਹੇ, ਉਹ ਹੈਗੇ ਸੀ ਨਕਲੀ। ਅੱਛਾ,
ਉਹ ਮੈਂ ਪਹੁੰਚ ਗਿਆ ਉੱਥੇ, ਜਦੋਂ ਜਾ ਕੇ ਮੈਂ ਉੱਥੇ ਚਲੋ ਪਹੁੰਚ ਗਿਆ ਅਗਲੇ ਦਿਨ ਰਿਹਾਸਲ ਦੇ ਚਲੇ ਗਏ, ਮੈਂ ਨਾ ਉਹ ਰੈਕ 'ਚ ਰੱਖਤਾ ਬਾਹਰ ਬੋਂਬੇ, ਛੋਟੇ ਛੋਟੇ ਜੈਮਿੰਗ ਰੂਮ ਬਣੇ ਜਿੱਦਾਂ ਤੁਹਾਡਾ ਨਾ ਸਟੂਡੀਓ, ਹਾਂਜੀ ਹਾਂਜੀ ਹਾਂਜੀ, ਐਡਾ ਘਰਾਂ 'ਚ ਜੈਮਿੰਗ ਰੂਮ ਸਾਡੇ ਬਣੇ, ਚਲੋ ਉੱਥੇ ਪਹੁੰਚ ਗਏ ਜੀ ਅਸੀਂ। ਹੁਣ ਬਾਈ ਜੀ ਜਦੋਂ ਅੰਦਰ ਵੜੇ, ਬਾਈ ਜੀ ਕਿਤੇ ਬ੍ਰੇਕ 'ਤੇ ਬਾਹਰ ਗਏ ਹੋਣੇ, ਬਾਈ ਜੀ ਨੇ ਦੇਖਿਆ ਉਹ ਬਾਈ ਦੇ ਹੀ ਪਾਏ ਉਹ ਜਿਹੇ ਜੀ, ਨਕਲੀ ਸ਼ੂ ਨੀ ਪਾਉਣਾ ਕਹਿੰਦੇ। ਮੈਂ ਕਿਹਾ ਬਾਈ ਜੀ ਕਿਉਂ? ਕਹਿੰਦੇ ਤੈਨੂੰ ਪਤਾ ਤਾਂ ਕੀ? ਮੈਂ ਕਿਹਾ ਜੀ ਮੈਨੂੰ ਪਤਾ ਨੀ, ਮੈਂ ਕਿਹਾ ਓਰੀਜਨਲ, ਮੈਂ ਉਹਨਾਂ ਨੂੰ ਕਹਿੰਦਾ ਮਾਮਾ ਮੈਨੂੰ ਦੱਸੇਗਾ, ਉਹਨੇ ਮੈਨੂੰ ਬੜੇ ਪਿਆਰ ਨਾਲ ਕਹਿੰਦੇ ਅਦੇ ਓਰੀਜਨਲ ਦਾ ਫੀਤਾ ਮੋਟਾ ਹੁੰਦਾ, ਡੁਪਲੀਕੇਟ ਦਾ ਪਤਲਾ ਹੁੰਦਾ ਕਹਿੰਦੇ। ਜਦੋਂ ਮੈਨੂੰ ਦੱਸਿਓ ਮੈਂ ਉੱਥੇ ਚੁੱਪ, ਮੈਂ ਕਿਹਾ ਬਾਈ ਸੋਰੀ ਮੈਨੂੰ ਪਤਾ। ਕਹਿੰਦੇ ਨਕਲੀ ਸ਼ੂ ਨਹੀਂ ਪਾਉਣਾ ਜ਼ਿੰਦਗੀ 'ਚ, ਕਹਿੰਦੇ ਚਾਹੇ 2000 ਰੁਪਏ ਦਾ ਲੈ ਕੇ ਪਾ ਲਈ, 1000 ਦਾ ਲੈ ਕੇ ਪਾ ਲਈ, ਲਿਪਟੀ ਦਾ ਪਾ ਲਈ, ਬਾਟਾ ਦਾ ਪਾ ਲਈ, ਪਰ ਨਕਲੀ ਸ਼ੂ ਨਹੀਂ ਪਾਉਣਾ। ਤੈਨੂੰ ਇੱਕ ਗੱਲ ਸਿਖਾਉਣਾ ਕਹਿੰਦੇ। ਦਲਜੀਤ ਵੀਰਾ ਵੀ ਖੁੱਲ੍ਹਾ ਚੱਲਦਾ, ਇੰਟਰਵਿਊ ਦੇਖਦਾ ਸੀ ਉੱਥੇ, ਕਹਿੰਦੇ ਵੀ ਪੰਜਾਬੀਆਂ ਦੇ ਸ਼ੌਂਕ ਆ ਵੀ ਆਪਾਂ ਤਾਂ ਕੱਪੜਿਆਂ ਦੀ ਵੈਸੇ ਲਾਈਦੇ ਆ, ਇੰਜੋਏ ਕਰੀਦਾ, ਭਾਗ ਕੱਢਦਾ ਨੇ ਬਾਈ। ਅਸੀਂ ਤਾਂ ਦੇਖਿਆ ਭਰਾਵਾ ਕੋਲੇ ਇੰਗਲੈਂਡ ਯੂਕੇ ਸ਼ੋਅ ਕਰਦੇ ਸੀ। ਕਿੰਨੇ ਕਿਤੇ ਸ਼ੂਜ਼ ਹੁੰਦੇ ਹੋਣਗੇ ਬਾਈ ਦੇ ਜੇ? ਅੱਛਾ ਮੈਂ ਗੈਸ ਮਾਰਦਾ ਹੈ ਨਾ, ਮੈਂ ਵੱਧ ਤੋਂ ਵੱਧ ਬਹੁਤ ਜ਼ਿਆਦਾ ਮਹਿੰਗੇ ਮੈਂ ਸ਼ੂਜ਼ ਲਿਆ, 7000 ਦੇ ਹਜੇ ਤੱਕ। ਆਹ ਵੀ ਮੈਨੂੰ ਲੱਗਦਾ ਜ਼ਾਰਾ ਦੇ, ਪਰ ਇਹ ਜ਼ਾਰਾ ਬ੍ਰਾਂਡ, ਚਲੋ ਉੱਥੇ ਕੀ ਕਹਿਣਾ ਹੁਣ, ਇਹ ਬਣੇ ਨਹੀਂ ਸ਼ੂਜ਼ ਲਈ, ਲੇਟੈਸਟ ਖਰੀਦੇ ਹੁਣ ਪਿੱਛੇ, ਇਹ ਬਣੇ ਨਹੀਂ ਸ਼ੂਜ਼ ਲਈ ਭਾਜੀ। ਸ਼ੂਜ਼ ਹਮੇਸ਼ਾ ਲਓ ਜਿਹੜਾ ਸ਼ੂ ਬ੍ਰਾਂਡ ਹੋਵੇ, ਮਹਿੰਗੇ ਤੋਂ ਮਹਿੰਗਾ ਸ਼ੂਜ਼ ਜਿਹੜਾ ਦਲਜੀਤ ਬਾਈ ਨੇ ਪਾਇਆ ਹੋਣਾ। ਮੈਂ ਵੈਸੇ ਗੈਸ ਮਾਰਦਾ ਵੀ ਔਕਾਤ ਤੋਂ ਬਾਹਰ ਗੱਲ ਕਰਦੇ ਹਾਂ ਆਪਾਂ ਵੀ, ਚਲੋ 1,00,000 ਰੁਪਏ ਦਾ, ਚਲੋ ਨਹੀਂ ਨਹੀਂ ਬਾਈ, ਇਹ ਤੋਂ ਵੀ ਉੱਤੇ ਹੁੰਦੇ ਆ ਸ਼ੂਜ਼ ਬਹੁਤ, ਉਹਨਾਂ ਦੇ ਤਾਂ ਬਹੁਤ ਮਹਿੰਗੇ ਮਹਿੰਗੇ ਪੈਂਦੇ, ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਕਿਹੜੇ, ਪਰ ਮੈਨੂੰ ਪਤਾ ਕਿ ਉਹ ਬਹੁਤ ਮਹਿੰਗੇ ਪਾਉਂਦੇ, ਸਾਰੀ ਦੁਨੀਆਂ ਨੂੰ ਪਤਾ ਬ੍ਰੋ। 2-3 ਲੱਖ ਦੀ ਅਲਟੋ ਗੱਡੀ ਆ ਜਾਂਦੀ ਵੀਰੇ, ਮੈਂ ਵੀ ਲਈ ਸੀ 2,30,000 ਦੀ, 2015 ਚ ਲਈ ਸੀ। ਅੱਛਾ ਪਹਿਲੀ ਗੱਡੀ ਅਲਟੋ ਚਲਾਈ ਤੁਸੀਂ? ਮੇਰੇ ਕੋਲ ਪਹਿਲਾਂ ਮੈਂ ਲਈ ਇੱਥੇ ਆ ਕੇ ਸਕੂਟੀ, ਸਕੂਟੀ ਲਿਥੀ 18,000 ਦੀ ਸਕੂਟਰੀ, ਸਕੂਟਰੀ ਐਵੀਟਰ। ਅੱਛਾ ਯਾਰ ਵਿੱਕੀ ਕਿਵੇਂ ਲੱਗਦਾ ਉਹ ਸਕੂਟੀ ਤੇ? ਮੈਂ ਭਰਾਵਾ ਬੜਾ ਕੁਛ ਕੀਤਾ, ਟੋਪ ਨੋਚ ਗੱਭਰੂ ਹੁਣ ਸਕੂਟੀ। ਹਾਂ ਆਪਾਂ ਆਟੋ 'ਤੇ ਵੀ ਘੁੰਮੇ ਹਾਂ, ਆਪਾਂ ਸਾਈਕਲਾਂ 'ਤੇ ਵੀ ਘੁੰਮੇ ਹਾਂ। ਮੈਂ ਆਟੋ 'ਤੇ ਜਾਂਦਾ ਰਿਹਾ, ਮੈਂ ਸ਼ੋਅ, ਮੈਂ ਕੀਬੋਰਡ 'ਤੇ ਆਉਂਦਾ ਸੀ, ਮੈਂ ਲਾਈਕ 26 ਸੈਕਟਰ ਕਲੱਬ 'ਚ ਜਾਣਾ ਹੁੰਦਾ ਜੀ, ਤੁਹਾਨੂੰ ਪਤਾ ਹੀ ਆ, ਅਤੇ ਆਪਾਂ ਸੱਚ ਦੱਸ ਦਿੰਦੇ ਹਾਂ। ਨਹੀਂ ਨਹੀਂ ਆਪਾਂ ਤਾਂ ਆਟੋ 'ਤੇ ਵੀ ਸਫ਼ਰ ਬਹੁਤ ਕੀਤਾ, ਆਟੋ 'ਤੇ 22 ਸੈਕਟਰ, ਆਟੋ ਵਾਲੀ ਵਾਈ। ਉਸ ਤੋਂ ਬਾਅਦ ਫਿਰ ਮੈਂ ਸਕੂਟੀ ਲਈ 18,000 ਦੀ, OLX 'ਤੇ ਲੱਭੀ, OLX ਬੜੀ ਚੱਲਦੀ ਨੇ, OLX ਕੁੜੀ ਮਿਲੀ ਉਹ ਤੋਂ ਲਈ, 16 ਦੀ ਮੈਂ 18 ਦੀ ਲਈ, ਉਹ ਮੈਂ ਫਿਰ ਭੰਨੀ ਚਲਾਈ ਪੂਰਾ ਨਹੀਂ ਕੰਮ ਕੀਤਾ, ਫਿਰ ਮੈਂ ਆਲਟੋ ਲਈ। ਅੱਛਾ ਫਿਰ ਮੈਂ ਆਲਟੋ ਤੋਂ BMW ਲਈ। ਉਹ ਆਲਟੋ ਤੋਂ ਸਿੱਧਾ BMW ਲਿਆ ਸੀ ਮੈਂ, 320 ਸਪੋਰਟਸ। ਫਿਰ ਮੈਂ ਲਈ ਆਡੀ, ਹਾਂਜੀ ਫਿਰ ਮੈਂ ਆਡੀ ਲੈ ਕੇ ਆਇਆ ਸੀ, ਛੱਲਿਆਂ ਵਾਲੀ ਹੈ। ਹਾਂਜੀ ਮਜ਼ਾ ਆਉਂਦਾ ਨਾ ਜਦੋਂ ਬੰਦਾ ਸਕੂਟੀ ਤੋਂ ਕਿੱਥੇ ਨਾ। ਹਾਂ ਮਾਲਕ ਕਿਰਪਾ ਕਰ, ਕਈ ਵਾਰ ਐਂ ਲੱਗਦਾ ਯਾਰ ਕਦਰ ਹੋ ਰਿਹਾ, ਸੱਚੀ ਇਹ ਸੱਚੀ ਹੋ ਰਿਹਾ ਨਾ ਇਹਦਾ ਨਾ। ਲਿਟਰਲੀ ਮੈਂ ਤੁਹਾਨੂੰ ਵਾਕਿਆ ਸੁਣਾਉਣਾ, ਚਲੋ ਕਹਿੰਦੇ ਕਿਹਦਾ ਵੱਡੀ ਛੋਟਾ ਮੂੰਹ ਵੱਡੀ ਗੱਲ ਕਰ ਲਾ, ਬਾਬਾ ਮੈਨੂੰ ਮਾਫ਼ ਕਰੀ, ਮੈਂ ਕਿਸੇ ਨਹੀਂ ਮੂੰਹ ਵੱਡਾ ਹੀ ਵੀਰੇ ਤੁਹਾਡਾ ਵੈਸੇ, ਉਹ ਦਾੜੀ ਵਧਾਈ ਹੋਈ ਹੈ ਭਰਾਵਾ, ਸੋਰੀ ਜੋ ਕ੍ਰੀਏਟ ਕਰਦਾ ਸੀ ਭਰਾਵਾ, ਮੈਂ ਦਾੜੀ ਵਧਾਈ ਹੋਈ ਹੈ, ਮੈਂ ਇੱਕ ਵੀਡੀਓ ਕਰਨਾ ਉਹਦੇ ਕਰਕੇ ਦਾੜੀ ਵਧਾਈ, ਮੇਰੀ ਮਾਂ ਵੀ ਰੋਜ਼ ਕਹਿੰਦੀ ਆ ਤੂੰ ਮੈਨੂੰ ਮੋਟਾ ਜਿਹਾ ਲੱਗੀ ਜਾਣਾ ਸਿਰੇ ਸਿਰੇ ਉੱਠ ਕੇ, ਮੈਂ ਕਿਹਾ ਨਹੀਂ ਤੂੰ ਤਿੱਖਾ ਤਿੱਖਾ ਨਹੀਂ ਲੱਗ ਰਿਹਾ, ਮੈਂ ਕਿਹਾ ਮੰਮੀ ਉਹ ਮੇਰੀ ਦਾੜੀ ਵਧੀ ਹੋਈ ਹੈ। ਅੱਛਾ ਸਾਡੇ ਤਾਂ ਮੰਮੀ ਐਂ ਕਹਿੰਦੀ ਜਦੋਂ ਉਹਨਾਂ ਘਸਿਆ ਹੀ ਉਹਨਾਂ ਕਹਿੰਦੇ ਤੂੰ ਨਹੀਂ, ਮੈਂ ਖਾਣਾ ਪੀਣਾ ਵਧੀਆ ਵੀਰੇ, ਨਹੀਂ ਵਧੀਆ, ਮੈਂ ਖਾਣ ਪੀਣ ਦੀ ਬਹੁਤ ਨੇਰੀ ਬੰਨ ਕੇ ਰੱਖਦਾ, ਪਰ ਮੈਂ ਜਿੰਮ ਵੀ ਲਾਉਣਾ ਠੋਕ ਕੇ। ਹਾਂ ਵਧੀਆ ਇੱਥੋਂ ਪਤਾ ਲੱਗ ਜਾਂਦਾ, ਮੈਂ ਜਿੰਮ ਵੀ ਪੂਰੀ ਦੱਬ ਕੇ ਲਾਉਣਾ, ਹੱਥ ਦੇਖੋਗੇ ਖੇਡੀ ਦਾ। ਤੁਸੀਂ ਗੱਲ ਸੁਣਾਉਣ ਲੱਗੇ ਸੀ? ਹਾਂ ਗੱਲ ਸੁਣਾ ਰਿਹਾ ਸੀ ਮੈਂ, ਮੈਂ ਅੱਖਾਂ ਦਾ ਆਪਣੇ ਮੇਰੇ ਲਾਈਕ ਉਹ ਲੱਗੇ ਸੀ ਅੱਖਾਂ ਦੀਆਂ ਐਨਕਾਂ, ਨਿਗਾਲੀਆਂ ਐਨਕਾਂ ਲੱਗੀਆਂ ਪੰਜਾਬੀ 'ਚ -7.5, ਅਤੇ ਮੈਂ ਓਪਰੇਸ਼ਨ ਕਰਾਇਆ ਸੀ, ਮੈਂ ਪਿੰਡ ਚਲਾ ਗਿਆ ਘਰੇ, ਕੁਦਰਤੀ ਮੈਨੂੰ ਸ਼ੋਅ ਆ ਗਿਆ ਇੱਕ ਸਿੰਗਰ ਸੀ, ਅਤੇ ਮੈਂ ਕਿਹਾ ਚੱਲ ਯਾਰ ਕਾਹਨੂੰ ਪੈਸੇ ਛੱਡਣੇ ਆ, ਦਿਹਾੜੀ ਆਉਂਦੀ ਆ ਹੁਣ ਦਿਓ, ਅਤੇ ਮੈਂ ਗੱਡੀ ਚੱਕੀ ਜੀ ਪਹੁੰਚ ਗਿਆ, ਲਾਈਕ ਮੈਂ ਆਪਦੀ ਆਡੀ ਸੀ ਹੁਣ ਨਵੀਂ ਨਵੀਂ ਲਈ ਸੀ, ਮੈਂ ਕੱਢੀ ਬਾਹਰ ਇੱਥੇ ਘਰੇ ਸੀ ਪਿੰਡ, ਮੈਂ ਸੰਗਰੂਰ ਸੀ, ਮੈਂ ਰੈਸਟ ਕਰਨ ਗਿਆ ਸੀ, ਮੈਂ ਕਿਹਾ ਨਹੀਂ ਯਾਰ ਅੱਜ ਤਾਂ ਜਾਣਾ, ਲਾਲਚ ਨਹੀਂ ਬੰਦਾ ਪੈਸੇ ਨਹੀਂ ਛੱਡਦਾ ਕਿ ਯਾਰ 4 ਪੈਸੇ ਬਣ ਰਹੇ ਆ। ਚਲੋ ਜੀ ਉਹ ਸਿੰਗਰ ਕੁਦਰਤੀ ਕਿਤੇ ਲੇਟ, ਮੈਂ ਪਹੁੰਚ ਗਿਆ ਜੀ ਅੰਮ੍ਰਿਤਸਰ ਪ੍ਰੋਗਰਾਮ 'ਤੇ, ਮੈਂ ਮੇਰੇ ਬੈਂਡ ਨੂੰ ਕਿਹਾ, ਮੈਂ ਕਿਹਾ ਤੁਸੀਂ ਪਿੱਛੇ ਆ ਜਾਓ ਯਾਰ, ਮੈਂ ਕਿਹਾ ਮੈਂ ਚੱਲਿਆ ਵਾ ਆਪਦੀ ਗੱਡੀ 'ਚ ਆਰਾਮ ਨਾਲ, ਆਡੀ ਚੱਕੀ ਮੈਂ ਅੰਮ੍ਰਿਤਸਰ ਨੂੰ ਪਾ ਦਿੱਤੀ, ਸਵਾਦ ਆਉਂਦਾ ਚਲਾ ਕੇ ਨਾ, ਲਗਜ਼ਰੀ ਵੈਰੀ ਬੰਦਾ ਲੱਗਦਾ, ਸਫ਼ਰ ਦਾ ਨਹੀਂ ਪਤਾ ਲੱਗਦਾ, ਨਾਲ ਮੈਂ ਖਾਣ ਵਾਲੀ ਚੀਜ਼ਾਂ ਅੰਡੇ ਉਂਡੇ ਚੱਕ ਲਏ, ਇਹ ਉਹ ਸਿਸਟਮ ਨਾਲ ਖਾਂਦਾ ਜਾ ਰਿਹਾ, ਨਾਲੇ ਹੱਸ ਗਾਣੇ ਸੁਣਦਾ ਜਾ ਰਿਹਾ ਬਾਈ ਬਲਿੰਦ ਦਾ। ਚਲੋ ਪਹੁੰਚ ਗਏ ਜੀ ਪ੍ਰੋਗਰਾਮ 'ਤੇ ਪਹੁੰਚ ਗਏ, ਅਤੇ ਉਹ ਕਿਤੇ ਹੁਣ ਪ੍ਰੋਗਰਾਮ ਲੇਟ ਸੀ ਅਸੀਂ ਟੂਰਨਾਮੈਂਟ ਦਾ ਪ੍ਰੋਗਰਾਮ, ਉਹ ਪਤੰਦਰ ਉੱਥੇ ਉਹ ਕੁਦ ਲੋਕਾਂ ਨੂੰ ਸਟੇਜ ਸੈਕਟਰੀ ਕਹਿੰਦਾ ਸਾਰੇ ਲੇਟ ਸੀ, ਮੈਂ ਖਿੱਚੀ ਹੋਈ ਗੱਡੀ, ਮੈਂ ਧੂੜ ਪਟਵਾ, ਮੈਂ ਪਿੰਡਾਂ ਵੀ ਦੀ ਮੈਂ ਲੋਕੇਸ਼ਨ ਲਾਈ, ਸਟੇਜ ਦੀ ਲੋਕੇਸ਼ਨ ਮੇਰੇ ਕੋਲ ਹੈਗੀ ਸਟੇ, ਉਹਨੇ ਸਾਊਂਡ ਵਾਲੇ ਨੇ ਭੇਜੀ ਸਾਨੂੰ, ਲਓ ਜੀ ਕਹਿੰਦੇ ਆ ਗਿਆ ਉਹ, ਆ ਗਿਆ ਆ ਗਿਆ, ਮੈਂ ਸ਼ੀਸ਼ਾ ਖੋਲਿਆ, ਮੈਨੂੰ ਸੁਣਦਾ, ਮੈਂ ਕਿਹਾ ਉਹੀ, ਮੈਂ
ਪਹੁੰਚ ਮੈਂ ਜਾ ਕੇ ਜਦੋਂ ਆਪਦੀ ਮੈਂ ਤਾਂ ਆਰਾਮ ਨਾਲ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਤਾਂ ਜਾ ਕੇ ਫਟਾਫਟ ਮੈਂ ਪਤਾ ਆਪਦੀ ਜੋਬ 'ਤੇ ਗਿਆ ਮੈਂ ਕੀਬੋਰਡ ਕੱਢਿਆ ਆਡੀ 'ਚੋਂ ਮੈਂ ਸਾਰੇ ਮੇਰੇ ਪਿੱਛੇ ਮੈਂ ਕਲਾਕਾਰ ਆ ਜੇ ਮੈਂ ਕੱਢਿਆ ਮੈਂ ਜਿਹੋ ਕੀਬੋਰਡ ਦਾ ਨਿਕਲਿਆ ਅਤੇ ਮੈਂ ਕੇ ਸਟੇਜ ਰੱਖਿਆ ਹੁਣ ਸਿੰਗਰ ਸਵਿਫਟ 'ਤੇ ਆ ਰਿਹਾ ਬੱਚੇ ਅੱਛਾ ਸਿੰਗਰ ਸਵਿਫਟ 'ਤੇ ਆ ਰਿਹਾ ਇਹ ਸੱਚੀ ਇਹ ਜਿਹੜੇ ਬੰਦੇ ਨੂੰ ਪਤਾ ਕਈ ਬੰਦਿਆਂ ਨੂੰ ਪਤਾ ਜਿਹੜੇ ਸ਼ਾਇਦ ਤੁਹਾਡਾ ਚੈਨਲ ਦੇਖਦੇ ਹੋਣੇ ਅਤੇ ਉਹ ਮਹਾਰਾਜ ਮੈਨੂੰ ਸਿੰਗਰ ਹੀ ਬੁਲਾਉਣੋਂ ਹਟ ਗਿਆ ਹੁਣ ਮੈਨੂੰ ਮੁੜ ਕੇ ਫੋਨ ਹੀ ਨਹੀਂ ਕੀਤਾ ਪਤੰਦਰ ਨੇ ਕਹਿੰਦਾ ਮਤਲਬ ਉਹਨੇ ਮੈਨੂੰ ਕਦੇ ਨਹੀਂ ਬੁਲਾਇਆ ਮਤਲਬ ਉਹਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਮੈਨੂੰ ਤਾਂ ਪਤਾ ਮੇਰੇ ਤਾਂ ਦਿਲ 'ਚ ਕੋਈ ਗੱਲ ਹੀ ਨਹੀਂ ਸੀ ਪਰ ਹਾਂ ਅਸੀਂ ਸ਼ੌਂਕ ਨਾਲ ਕੰਮ ਕਰਦੇ ਸੀ ਐਨ ਤੁੰਨ ਕੇ ਕੰਮ ਕਰਦੇ ਸੀ ਸ਼ੌਂਕ ਪਕਾਉਂਦੇ ਸੀ ਸ਼ੋਅ 'ਤੇ ਜਾਂਦੇ ਸੀ ਸਿੰਗਰ ਕੋਲ ਆਡੀ ਨਹੀਂ ਸਾਡੇ ਅਸੀਂ ਵੀ ਆਡੀ 'ਤੇ ਮੈਂ ਤਾਂ ਪਿੱਛੇ ਜਾ ਕੇ ਲਾਉਂਦਾ ਸਟੇਜ 'ਤੇ ਕਿ ਵੀਰੇ ਆਪਦੇ ਲਈ ਆਇਆ ਆਪਦਾ ਕੰਮ ਕਰਨ ਆਇਆ ਆਪਦਾ ਮੇਰੀ ਜੋਬ ਹੈ ਅੱਛਾ ਕਦੇ ਫੈਨ ਫੂਨ ਨੇ ਕੋਈ ਗਿਫਟ ਕੀਤਾ ਕੁਛ ਨਹੀਂ ਮੈਂ ਗਿਫਟ ਮੈਨੂੰ ਇੰਨਾ ਮੈਂ ਦੇਵਾਂ ਨਾ ਫਰਜਾਈ ਗੁੱਸੇ ਹੋ ਜੂ ਕਿਹਦਾ ਗਿਫਟ ਲੈ ਕੇ ਆਇਆ ਨਾ ਮੈਂ ਲਵਾਂ ਨਾ ਮੈਂ ਦਵਾਂ ਕਿਸੇ ਦਾ ਗਲਤ ਹੋ ਗਿਆ ਨਾ ਮੈਨੂੰ ਮੈਂ ਮੈਨੂੰ ਕਾਹਨੂੰ ਕਿਸੇ ਦਾ ਬੋਲੋ ਬਦਬਾ ਨਹੀਂ ਲੈਣੀ ਰੀਲਾਂ ਰੂਲਾਂ ਬਣਾਉਂਦੇ ਹੋ ਰੀਲਾਂ ਵੀਰੇ ਮੈਂ ਹੁਣ ਹੱਥ ਪਾਈ ਤੁਸੀਂ ਦੇਖਿਆ ਮੈਂ ਕਾਰਡ ਮੈਂ ਪਾਉਂਦਾ ਨਹੀਂ ਹੈਗਾ ਮੈਨੂੰ ਐਂ ਲੱਗਦਾ ਇੰਸਟਾਗ੍ਰਾਮ ਬਾਈ ਨਾ ਧੱਕੇ ਨਾ ਰੀਲ ਇੱਕ ਅੱਧੀਆਂ ਦਾ ਐਂ ਬਣਾਈ ਹੋਈ ਵੀ ਕਿਹਾ ਕਿਸੇ ਨੇ ਬਣਾ ਰੀਲ ਕਿਉਂਕਿ ਗਾਣਾ ਪ੍ਰਮੋਟ ਕਰਨਾ ਮੈਂ ਇੱਦਾਂ ਹੀ ਉਹ ਬੰਦਾ ਕਰਦਾ ਨਾ ਉਹ ਮੈਨੂੰ ਅੰਕੁਸ਼ ਵੀਰਾ ਅੰਕੁਸ਼ ਵੀਰਾ ਅੰਕੁਸ਼ ਵੀਰਾ ਮੈਨੂੰ ਮੈਂ ਨਹੀਂ ਕਰ ਸਕਦਾ ਯਾਰ ਇੱਦਾਂ ਮੈਨੂੰ ਲੱਗਦਾ ਕਿ ਮੈਂ ਆਰਟਿਸਟ ਆਇਆ ਅਤੇ ਮੈਂ ਗਾਉਣ ਵੀ ਹੁਣ ਯਾਰ ਪਹਿਲਾਂ ਗਾਣੇ ਬਣਾਓ ਠੰਡ 'ਚ ਉੱਥੇ ਲੱਗੇ ਰਹੋ ਪਹਿਲਾਂ ਸ਼ੂਟ ਕਰੋ ਦੋ ਦਿਨ ਧੱਕੇ ਖਾਓ ਠੀਕ ਹੈ ਜੀ ਪਹਿਲਾਂ ਮੱਥਾ ਮਾਰਦੇ ਇਹਨਾਂ ਨਾਲ ਬਹਿ ਕੇ ਗਾਣਾ ਬਣਦਾ ਸਿੱਧੀ ਜੀ ਗੱਲ ਹੈ ਯਾਰ ਜਿਹੜੀ ਗੱਲ ਹੈਗੀ ਤਾਂ ਹੈਗੀ ਆ ਮੁੜ ਕੇ ਰੀਲਾਂ ਵਾਲਿਆਂ ਦੇ ਪਿੱਛੇ ਮੈਂ ਰੀਲਾਂ ਪਾਓ ਜੀ ਸੜਕ 'ਤੇ ਤੁਰੇ ਫਿਰ ਉਹ 17 ਸੈਕਟਰ ਉਹ ਬਣਿਆ ਹੋਇਆ ਲੋਕ ਝਾਕੀ ਜਾਂਦੇ ਆ ਕਿੱਧਰ ਧੱਕੇ ਖਾਈ ਜਾਂਦਾ ਉਹ ਤੇ ਹੋਰ ਨੱਚੀ ਜਾਂਦੇ 4-5-10-15 ਨਾਲ ਉਹ ਕੀ ਕਹਿੰਦਾ ਉਹ ਵੀ ਝਾਕਦੇ ਕਿੱਧਰ ਤੁਰਿਆ ਫਿਰਦਾ ਇਹ ਸੱਚੀ ਗੱਲ ਆ ਭਰਾਵੇ ਉਹ ਸੱਚੀ ਗੱਲ ਆ ਗੁੱਸਾ ਲੱਗੀ ਥੋੜੀ ਦੇਰ ਹੀ ਚੱਲਣਾ ਹੋਰ ਛੇ ਕੁ ਮਹੀਨੇ ਦੀ ਛੇ ਕੁ ਮਹੀਨੇ ਕਿਉਂਕਿ ਮੈਂ ਦੇਖਦਾ ਕਿ ਅੱਗੇ ਜਾ ਕੇ ਜਿਹੜਾ ਸੋਰੀ ਮੈਂ ਵੱਧ ਘੱਟ ਨਹੀਂ ਬੋਲਦਾ ਅੱਕਿਆ ਬਾਈ ਨਹੀਂ ਨਹੀਂ ਸਹੀ ਸਹੀ ਵੀਰੇ ਜੋ ਸਹੀ ਗੱਲ ਸਹੀ ਆਰਟਿਸਟ ਸੱਚੀ ਪਤਾ ਕਿਉਂ ਮੈਂ ਹੁਣ ਵੱਧ ਘੱਟ ਨਾ ਬੋਲ ਜਾ ਕਹਿਣਗੇ ਪਤਾ ਨਹੀਂ ਜ਼ਿਆਦਾ ਬੋਲ ਗਿਆ ਆਰਟਿਸਟ ਗਾਣੇ ਬਣਾਉਂਦਾ ਮਿਹਨਤ ਕਰਦਾ ਵਿਚਾਰਾ ਮੁੜ ਕੇ ਉਹ ਰੀਲਾਂ ਬਣਾਉਂਦਾ ਰਹਿੰਦਾ ਯਾਰ ਨਹੀਂ ਚੰਗਾ ਲੱਗਦਾ ਕਿੱਥੇ ਇਹ ਥੋੜੀ ਦੇਰ ਹੀ ਚੱਲਣਾ ਹੁਣ ਤਾਂ ਮੈਨੂੰ ਬਹੁਤ ਖੁਸ਼ੀ ਹੈ ਪੈਸੇ ਬਹੁਤ ਲੈਂਦੇ ਰੀਲਾਂ ਪਾਉਣ ਵਾਲੇ 5,000 ਰੁਪਏ ਦੀ ਪਰ ਰੀਲ 10,000 ਦੀ ਪਰ ਰੀਲ ਯੂਟਿਊਬ ਤੇ ਐਡ ਘੱਟ ਲਾਦੀ ਰੀਲਾਂ ਦੇ ਵੱਧ ਲੱਗਦੇ ਅੱਛਾ ਪਹਿਲਾਂ ਹੁੰਦਾ ਸੀ ਯੂਟਿਊਬ ਇਹ ਸੱਚ ਆ ਭਰਾਓ ਗੱਲ ਸਿੱਧੀ ਜੀ ਗੱਲ ਹੈ ਫੋਕਸ ਔਨ ਬ੍ਰਾਂਡ ਵਿਸ਼ਾਲ ਜੀ ਨੂੰ ਮਿਲ ਸਕਦੇ ਹੋ ਤੁਸੀਂ ਮੈਂ ਅੱਜ ਵਾਓ ਦੀ ਕੀਤੀ ਐਡ ਜਿੰਦਾਬਾਦ EYP ਅੰਕੁਸ਼ ਵੀਰਾ ਨਿਖਿਲ ਭਾਜੀ ਅਮਨ ਵੀਰਾ ਸਾਰੀ ਟੀਮ ਸੋ ਯਾਰ ਮੈਂ ਵੱਧ ਘੱਟ ਨਾ ਬੋਲ ਜਾ ਭਰਾਵੋ ਮੈਂ ਪਹਿਲੀ ਲੋਕ ਮੇਰੇ ਤੇ ਮਾਣ ਹੈਗੇ ਮੈਂ ਭੌਂਕਾ ਬੰਦਾ ਮੈਂ ਖੁੱਲੀ ਕਿਤਾਬ ਹਾਂ ਸੋ ਮੈਂ ਸੱਚੀ ਕੁਛ ਬੋਲਣਾ ਚਾਹੁੰਦਾ ਚਾਹੀਦਾ ਹੀ ਸਾਨੂੰ ਐ ਵਾ ਜਿਹੜਾ ਬੰਦਾ ਖੁੱਲ ਕੇ ਆ ਨਾ ਉਹ ਨਾਲ ਰਿਲੇਟ ਕਰੀਦਾ 2 ਮਿੰਟ ਯਾਰ ਹੁਣ ਤੁਸੀਂ ਸਾਇਲੈਂਸ ਰੱਖ ਲਓ ਤੁਸੀਂ ਤਾਂ ਪੂਰਾ ਸ਼ੋਅ ਨੂੰ ਐਂ ਬਣਾ ਲਿਆ ਹੁਣ ਸੋ ਗਾਈਜ਼ ਮੈਂ ਗਾਈਜ਼ ਸੌਰੀ ਗਾਈਜ਼ ਮੈਨੂੰ ਮਾਫ ਕਰਿਓ ਸਰੋਤਿਓ ਤੁਸੀਂ ਰੱਬ ਹੋ ਸੱਚੀ ਸੌ ਲੱਗੇ ਕਿਸੇ ਨੂੰ ਕੋਈ ਵੱਧ ਘੱਟ ਕੋਈ ਸੁਣਨ ਵਾਲੇ ਨੂੰ ਉਹ ਲੱਗੇ ਮੈਨੂੰ ਮਾਫ ਕਰਿਓ ਮੇਰੇ ਭੈਣੋ ਅਤੇ ਮੇਰੇ ਭਰਾਵੋ ਜਿਹੜੀ ਗੱਲ ਹੈਗੀ ਤਾਂ ਹੈਗੀ ਆ ਅਤੇ ਕਿਉਂਕਿ ਬਹੁਤ ਮਿਹਨਤ ਨਾਲ ਗਾਣੇ ਬਣਦੇ ਆ ਯਾਰ ਸਾਰੇ ਆਰਟਿਸਟ ਮੇਰੇ ਵੱਡੇ ਭਰਾ ਸਾਰੇ ਹਰੇਕ ਬੰਦਾ ਹੀ ਕੋਸਦਾ ਇਸ ਚੀਜ਼ ਨੂੰ ਯਾਰ ਰੀਲਾਂ ਵਾਲਾ ਸਿਸਟਮ ਬੜਾ ਖਰਾਬ ਹੋਇਆ ਯਾਰ ਰੀਲਾਂ ਤੋਂ ਬਿਨਾਂ ਗਾਣੇ ਨਹੀਂ ਚੱਲਦੇ ਇਲਾ ਕਹਿੰਦੇ ਰੀਲਾਂ ਪਾਓ ਜੀ ਟ੍ਰੈਂਡਿੰਗ ਮੇਂ ਲੈ ਕੇ ਆਓ ਜੀ ਅਬ ਬੂਸਟ ਲਗਾਓ ਜੀ ਅਬ ਬਲਕ ਮੇਂ ਲਗਾਓ ਜੀ ਮੈਂ ਤਾਂ ਸਮਝ ਨਹੀਂ ਮੈਨੂੰ ਤਾਂ ਇੰਨਾ ਗਾਣੇ ਦਾ ਨਹੀਂ ਗਾਣੇ ਦਾ ਅੱਗੇ ਪਹਿਲਾਂ ਉਹ 'ਚ ਕੋਡ ਚੇਂਜ ਕਰੋ ਜੀ ਢੋਲਕੀ ਚੇਂਜ ਕਰੋ ਜੀ ਉਹ 'ਚ ਕਿੱਕ ਚੇਂਜ ਕਰੋ ਵੀਰੇ ਤੁਸੀਂ ਸਾਰੇ ਪੰਜਾਬ ਦੇ ਸਿੰਗਰਾਂ ਦੀ ਆਵਾਜ਼ ਬਣੇ ਹੋ ਅੱਜ ਪਤਾ ਉਹ ਬੋਲਦਾ ਨਹੀਂ ਕੋਈ ਬੂਸਟ ਲਾਓ ਜੀ ਕਿਉਂ ਨਹੀਂ ਬੋਲ ਸਹੀ ਯਾਰ ਮੈਂ ਨਹੀਂ ਹੁੰਦਾ ਮੇਰੇ ਕੋਲ ਆ ਕੇ ਤਾਂ ਸਾਰੇ ਬੋਲਦੇ ਆ ਠੀਕ ਆ ਸਾਡੇ ਮੇਰੇ ਫੋਲੋਵਰ 3-3.5 ਲੱਖ ਹੁਣ ਤੱਕ ਇੰਨੇ ਗਾਣੇ ਕੱਢਤੇ ਮੈਂ ਸੱਚੀ ਪਾਉਣੀ ਛੱਡੀ ਮੈਂ ਜਮਾਂ ਹੀ ਡੈਡ ਆ ਮੇਰਾ ਅਕਾਊਂਟ ਪਤਾ ਨਹੀਂ ਵਿਸ਼ਾਲ ਵੀਰਾ ਕਹਿੰਦਾ ਸੀ ਪਤਾ ਨਹੀਂ ਪਿਛਲੇ ਐਲਬਮ ਕੀਤੀ ਸੀ ਉਹ ਤੋਂ 1 ਮਿਲੀਅਨ ਹੋਈਆਂ ਜਿਹੜੀ ਮੈਂ ਪਾਉਣਾ ਔਖਾ ਹੀ ਆ ਮੈਨੂੰ ਪਤਾ ਫ੍ਰੀ ਆ ਯਾਰ ਨਹੀਂ ਘੁੰਮ ਸਕਦੇ ਸੜਕ 'ਤੇ ਯਾਰ ਇੱਧਰ ਉੱਧਰ ਨਹੀਂ ਕਰ ਸਕਦੇ ਆਰਟਿਸਟ ਥੋੜ੍ਹੀ ਉਹ ਥੋੜ੍ਹੀ ਕਿ ਸੜਕ 'ਤੇ ਨਹੀਂ ਵੀਰੇ ਆਡੀਅੰਸ ਬਹੁਤ ਸਮਝਦਾਰ ਹੋ ਚੁੱਕੀ ਹੈ ਅੱਗੇ ਹੋਰ ਹੋ ਜਾਣੀ ਹੈ ਉਹਨਾਂ ਨੂੰ ਪਤਾ ਜਿੱਦਣ ਬੰਦ ਹੋ ਗਏ ਮੈਂ ਡਿਲੀਟ ਹੀ ਕਰ ਦੇਣੀਆਂ ਸਾਰੀਆਂ ਜਿੰਨੀਆਂ ਪਾਈਆਂ ਹੋਰ ਹੋਰ ਅਤੇ ਯਾਰ ਥੱਲੇ ਦੱਸਿਆ ਮੈਨੂੰ ਗਾਉਣ ਵਾਲੇ ਆ ਯਾਰ ਅਸੀਂ ਮੈਂ ਨੱਚਣ ਵਾਲੇ ਥੋੜ੍ਹੀ ਹਾਂ ਭਰਾਵਾ ਸਿੱਧੀ ਜੀ ਗੱਲ ਹੈ ਯਾਰ ਬਾਕੀ ਆਡੀਅੰਸ ਨੱਚਦੇ ਹਾਂ ਸਟੇਜ 'ਤੇ ਕੰਮ ਕਰਦੇ ਹਾਂ ਮੈਂ ਬਹੁਤ ਨੱਚਦਾ ਮੈਨੂੰ ਕਹਿਣਗੇ ਤੂੰ ਬਹੁਤ ਛਾਲਾ ਮਾਰਦਾ ਉਹ ਮੇਰਾ ਮੇਰੀ ਜੋਬ ਆ ਮੇਰਾ ਕੰਮ ਆ ਹੁਣ ਮੈਂ ਸੜਕ 'ਤੇ ਥੋੜ੍ਹੀ ਉੱਥੇ ਕੈਮਰਾ ਲੈ ਕੇ ਇੱਧਰ ਉੱਧਰ ਐਂ ਕਰੀ ਆਣ ਕਰਨ ਲੱਗ ਗਏ ਉਹ ਚੀਜ਼ਾਂ ਮਾੜੀਆਂ ਲੱਗਦੀਆਂ ਭਰਾਵੋ ਇਹਨੂੰ ਥੋੜ੍ਹਾ ਜਿਹਾ ਸਮਝੋ ਮੈਂ ਥੋਂ ਲੱਗੇ ਸੱਚਾ ਮੈਂ ਸਿੱਧੀਆਂ ਗੱਲਾਂ ਬੋਲਦਾ ਤੁਹਾਨੂੰ ਆਪਾਂ ਖੁੱਲ੍ਹੀ ਕਿਤਾਬ ਆ ਜਾਵਾਂ ਜ਼ਿੰਦਗੀ ਦੇ ਵਿੱਚ ਅਤੇ ਨਾ ਸਾਨੂੰ ਮੈਨੂੰ ਕਿਹੜਾ ਕਹਿੰਦਾ ਡਰ ਹੈ ਨਾਲੇ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਸਾਰੇ ਸਮਝਦਾਰ ਆਡੀਅੰਸ ਤੁਹਾਡੇ ਨਾਲ ਆ ਅਗਰ ਤੁਹਾਨੂੰ ਤੁਸੀਂ ਵੀਰੇ ਦੀਆਂ ਗੱਲਾਂ ਸੁਣੀਆਂ ਥੱਲੇ ਕਮੈਂਟ ਵਿੱਚ ਜ਼ਰੂਰ ਤੁਸੀਂ ਕਮੈਂਟ ਜ਼ਰੂਰ ਪੜਿਓ ਮੈਨੂੰ ਗਾਣਾ ਹੀ ਕੱਢਣੀ ਹੈ ਮੈਨੂੰ ਪਤਾ ਨਹੀਂ ਕੋਈ ਨਹੀਂ ਗਾਲ ਕੱਢਦਾ ਤੁਸੀਂ ਦੇਖੋ ਕਮੈਂਟ ਦੇਖ ਲਓ ਕੋਈ ਚੱਕਰ ਨਹੀਂ ਗਾਣਾ ਜ਼ਰੂਰ ਸੁਣਨਾ ਗਾਣਾ ਜ਼ਰੂਰ ਸੁਣਿਓ
ਜਿਹੜੇ ਚੰਗੇ ਲਿਸਨਰ ਨੇ, ਜਿਹੜੇ ਚੰਗੇ ਮਿਊਜ਼ਿਕ ਨੂੰ ਪਿਆਰ ਕਰਦੇ ਆ, ਜਿਹੜੇ ਚੰਗੀ ਚੀਜ਼ ਨੂੰ ਪ੍ਰਮੋਟ ਕਰਦੇ ਆ, ਉਹ ਸੁਣਿਓ। ਬਾਕੀ ਤਾਂ ਮੇਰਾ ਤਾਂ ਚੱਲੀ ਜਾਣਾ, ਕੋਈ ਚੱਕਰ ਨਹੀਂ, ਸਾਡਾ ਚੱਲੀ ਜਾਣਾ ਨਾ, ਮੈਂ ਤੁਹਾਡਾ ਚੱਲੀ ਜਾਣਾ, ਮੇਰਾ ਤਾਂ ਚੱਲ ਹੌਲੀ ਹੌਲੀ ਰੁੜ ਰਿਹਾ ਹੈ, ਤੁਹਾਡਾ ਕਿਉਂ ਨਹੀਂ, ਸਭ ਕੁਛ ਠੀਕ ਹੈ, ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਪਿਆਰ ਦਿਓ ਬਸ, ਠੀਕ ਹੈ। ਅੱਛਾ ਵੀਰੇ, ਉਦੀ ਗੱਲ ਆਈ ਇੱਕ, ਪੰਜ ਵਾਰ ਬੋਲਣਾ, ਪੰਜ ਵਾਰ ਇਹ ਕਰਦੇ ਹੁੰਦੇ ਵੱਡੇ ਵੱਡੇ ਸ਼ੋਅ 'ਚ, ਗੱਲ ਕੀ ਆ ਕਿ ਨਾਲੀ ਵਿੱਚ ਲੀਰ ਰੁੜੀ, ਨਾਲੀ ਵਿੱਚ ਲੀਰ ਰੁੜੀ, ਹਾਂ ਰੀਲ ਨਹੀਂ, ਰੀਲ ਤਾਂ ਆਪਾਂ ਸਿਆਪਾ ਮੁਕਾ, ਰੀਲ ਵੀ ਰੁੜ ਜੂਗੀ ਨਹੀਂ, ਨਾਲੀ 'ਚ, ਨਾਲੀ 'ਚ ਨਹੀਂ, ਨੌਲਾ ਨਾਲੇ 'ਚ ਰੁੜੂ, ਨਾਲੇ 'ਚ ਰੁੜੂ, ਨੌਲ ਦੌ, ਇੱਕ ਦੇਖਿਆ ਨਹੀਂ ਅੱਜ ਕੱਲ੍ਹ ਕਿਉਂ, ਆਪ ਅੰਗਰੇਜ਼ੀ ਕਬ ਸਿੱਖੋਗੇ, ਬਿੱਲ ਲੈ, ਦੇਖਿਆ ਤੁਸੀਂ ਬਿੱਲ ਲੈ, ਕੀ ਆਪ ਇੰਗਲਿਸ਼ ਕਬ ਸਿੱਖੋਗੇ, ਬਿੱਲੀ ਕੋ ਅੰਗਰੇਜ਼ੀ ਮੈਂ ਕੈਸੇ ਕਿਆ ਬੋਲਾ ਜਾਂਦਾ, ਬਿੱਲ ਲੈ, ਚੂਹਾ ਚੂਹਾ। ਤੁਹਾਡੀ ਇੰਗਲਿਸ਼ ਕਿਵੇਂ ਹੈ? ਮੇਰੀ ਇੰਗਲਿਸ਼ ਮੈਂ ਲੈ ਕੇ, ਮੈਂ ਲੈ ਕੇ ਨਹੀਂ, ਉਹ ਬੋਲਣੀ ਤਾਂ ਪੈਂਦੀ ਹੈ ਸਟੇਜ ਤੇ, ਕਮਲ ਬੇਬੀ ਹੈਂਡਸ ਅਪ, ਪੀਏ ਟੌਰਚ ਹੋਨ, ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਬੋਲੋ, ਨਾਲੀ ਵਿੱਚ, ਚਲੋ ਸ਼ੁਰੂ, ਚਲੋ ਸ਼ੁਰੂ, ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਨਾਲੀ ਵਿੱਚ ਲੀਰ ਰੁੜੀ, ਨਾਲੀ ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ, ਰੁੜ ਨਾਲੀ ਵਿੱਚ ਰੀ ਲੀਰ ਰੁੜੀ ਰੁੜ ਲੀਰੇ ਰੁੜ, ਨਾਲੀ ਵਿੱਚ ਰੀ ਲੀਰ ਰੁੜੀ ਰੁੜ, ਰੀਲ ਯਾਦ ਆ ਜਾਂਦਾ, ਰੀਲ ਰੁੜ, ਨਾਲੀ ਵਿੱਚ ਰੁੜ ਜ ਰੀਲਾਂ ਜਿਹੜੀਆਂ, ਰੀਲਾਂ ਰੀਲਾਂ ਰੀਲਾਂ, ਅੱਛਾ ਜੀ ਨਾ ਰੀਲਾਂ ਬਣਾ ਕੇ ਆਏ ਆ, ਮਰਵਾ ਨਾ ਦਿਓ ਮੈਨੂੰ ਵੀਰੇ ਤੁਸੀਂ, ਉਹ ਯਾਰ ਕੋਈ ਚੱਕਰ ਨਹੀਂ, ਰੱਬ ਨੇ ਕਰਨ ਕਰਨੀ ਹੈ, ਕਿਰਪਾ ਉਹਨੇ ਕਰ ਹੀ ਦੇਣੀ ਹੈ, ਮੇਰੇ ਵਾਹਿਗੁਰੂ ਨੇ ਕਰਨੀ ਹੈ, ਦੈਟਸ ਇਟ, ਠੀਕ ਆ, ਹਾਂਜੀ ਹਾਂਜੀ, ਪਰਮਾਤਮਾ ਦਾ ਦੇਣਾ ਉਹਨੇ ਦੇਣਾ, ਉਹ ਤਾਂ ਝੋਲੀ ਅੱਡ ਕੇ ਮੰਗੋ ਬੰਦੇ ਦੀ ਔਕਾਤ। ਅੱਛਾ ਵੀਰੇ, ਮੈਂ ਨਾ ਐਪੀਸੋਡ ਸ਼ੂਟ ਕਰਦਾ ਹੁੰਦਾ ਨਾ, ਮੈਨੂੰ ਪਤਾ ਲੱਗਦਾ ਵੀ ਟਾਈਮ ਬੀਤ ਰਿਹਾ, ਅੱਜ ਪਤਾ ਨਹੀਂ ਲੱਗਿਆ ਪੋਜ਼ਿਟਿਵਿਟੀ, ਮੈਨੂੰ ਉਧਰੋਂ ਕਰੀ ਜਾਂਦੇ ਆ ਵੀ ਇਹ ਜੇ ਕਰੀ ਜਾਂਦੇ ਆ ਵੀ ਲੰਬਾ ਹੋ ਰਿਹਾ ਐਪੀਸੋਡ, ਪਰ ਕਿਆ ਬਾਤ ਆ, ਦੇਖੋ ਆਹੀ ਚੀਜ਼ ਹੁੰਦੀ ਆ। ਥੈਂਕ ਯੂ, ਰਾਤ ਨੂੰ ਮੇਲਾ ਲਾਉਣਾ ਜੇ ਆਪਾਂ ਉੱਥੇ, ਹਾਂ ਨਿਖਿਲ ਵੀਰੇ ਦੇ ਘਰੇ ਚੱਲੇ, ਮੈਂ ਯਾਰ ਮੈਂ ਨਾ ਬੰਬ ਬੁਲਾ ਲਾਂਗੇ, ਸੌ ਲਗੇ ਇੰਨਾ ਨੱਚਣਾ ਨਾ ਮੈਂ ਉੱਥੇ, ਮੈਂ ਵੀ ਆਉਣਾ, ਚਲੋ ਯਾਰ ਅੱਜ ਮਾਹੌਲ ਬਣੂਗਾ, ਅੱਜ ਬਹੁਤ ਚਿੱਲ ਕਰਨਾ ਵੀਰੇ ਆਪਾਂ, ਲੀਵਰ 52 ਖਾ ਕੇ ਆਉਣੀ ਤੁਸੀਂ, ਲਿਵ 52, ਮੈਂ ਦਹੀਂ ਖਾ ਕੇ ਆਉਂਦਾ ਹੁੰਦਾ, ਵੈਸੇ ਠੰਡ ਪਾ ਕੇ ਆਓ ਪਹਿਲਾਂ ਜੇ ਪਾਰਟੀ 'ਤੇ ਜਾਣਾ, ਹੈ ਨਾ। ਅੱਛਾ ਜਦੋਂ ਪਤਾ ਰਾਤ ਨੂੰ ਪਾਰਟੀ, ਸਵੇਰੇ ਠੰਡੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੇਣੀਆਂ, ਵੀ ਚਲੋ ਬਸ ਇੱਥੇ ਤੱਕ ਹੋਰ ਕੁਛ ਗੱਲਾਂ ਨਿਕਲ ਜਾਣਾ, ਹੈ ਨਾ। ਸੋ ਗਾਇਜ਼, ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ, ਪਤਾ ਨਹੀਂ ਵੀ ਵੀਡੀਓ ਵਿੱਚ ਤੁਹਾਨੂੰ ਉੱਦਾਂ ਸਵਾਦ ਆਇਆ, ਕਿਉਂਕਿ ਲਾਈਵ 'ਚ ਤਾਂ ਸਾਨੂੰ ਸਵਾਦ ਆ ਗਿਆ ਯਾਰ ਗੱਲਾਂ ਕਰਕੇ, ਬਾਈ ਨਾ ਕਿੰਨਾ ਮਜ਼ੇਦਾਰ ਅਤੇ ਮਜ਼ੇਦਾਰ ਉਹਨੇ ਗਾਣੇ, ਥੱਲੇ ਸਾਰੇ ਲਿੰਕ ਹੈਗੇ ਯਾਰ, ਇਹ ਤੁਹਾਡੀ ਡਿਊਟੀ ਆ ਹੁਣ, ਦੇਖੋ ਭੰਮ ਸਿਰੇ ਵਾਲਾ, ਜ਼ਿਆਦਾ ਤਾਂ ਨਹੀਂ ਬੋਲ ਗਿਆ ਯਾਰ, ਇਹ ਤਾਂ ਵੀਰੇ ਹੁਣ ਮੈਂ ਤੁਹਾਨੂੰ ਕੋਈ ਜਿਹੜੀ ਗੱਲ ਹੈਗੀ ਤਾਂ ਹੈਗੀ ਯਾਰ, ਬਾਈ ਨਾ ਉਹੀ ਚੱਕਰ ਆ ਯਾਰ, ਮੈਂ ਬੋਲਤਾ ਪਿਆ, ਮੈਂ ਜ਼ਿਆਦਾ ਤਾਂ ਨਹੀਂ ਬੋਲ ਗਿਆ, ਇਹਦਾ ਹੁਣ ਆਡੀਅੰਸ ਦੇਖੋ ਵੀਰੇ, ਕਮੈਂਟ ਪੜਿਓ ਥੱਲੇ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ। ਅੱਛਾ ਗਾਇਜ਼, ਇੱਕ ਮੇਨ ਚੀਜ਼ ਆ, ਜਿਹੜਾ ਤੁਸੀਂ ਐਪੀਸੋਡ ਦੇਖ ਰਹੇ ਹੋ ਨਾ, ਦੈਟ ਵਾਜ਼ ਦੀ ਕੱਟ ਵਰਜ਼ਨ, ਮਤਲਬ ਇਹਨੂੰ ਐਡਿਟ ਕੀਤਾ ਹੋਇਆ, ਅਗਰ ਤੁਸੀਂ ਪੂਰਾ ਫਲੋ ਦੇਖਣਾ, ਲਿਸਨ ਕਰਨਾ, ਤਾਂ ਸਪੋਟੀਫਾਈ 'ਤੇ ਜਾਓ, ਦੀ ਅਮਨ ਔਜਲਾ ਸ਼ੋਅ, ਉੱਥੇ ਜਾ ਕੇ ਅਨਕੱਟ ਵਰਜ਼ਨ ਸੁਣੋ। ਅੱਛਾ ਸਪੋਟੀਫਾਈ 'ਤੇ ਵੀ ਹੈ? ਹਾਂਜੀ ਹਾਂਜੀ ਵੀਰੇ, ਪੈਸੇ ਕਮਾ ਰਹੇ ਹੋ ਤੁਸੀਂ? ਨਹੀਂ, ਠੀਕ ਠਾਕ ਇੱਦਾਂ, ਉੱਧਰ ਮਨੀ ਮੇਕ ਮੇਕ ਮਨੀ, ਪੈਸਾ ਹੀ ਪੈਸਾ, ਅਸੀਂ ਪਰ ਇਹਨੇ 8500 ਤੱਕ ਤਾਂ ਨਹੀਂ ਪਹੁੰਚਿਆ ਹਜੇ, ਮੈਂ ਵੀ ਐਨਕ ਲੈ ਲਾਂ। ਅੱਛਾ ਗਾਇਜ਼, ਬਹੁਤ ਮਜ਼ਾ ਆਇਆ ਯਾਰ, ਤੁਹਾਨੂੰ ਅੱਜ ਦਾ ਐਪੀਸੋਡ ਕਿਵੇਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਓ ਸਾਰਾ ਕੁਛ, ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਵਿੱਕੀ ਵੀਰੇ ਦਾ ਮੇਰਾ ਵੀ ਚੈਨਲ ਪਲੀਜ਼ ਸਬਸਕ੍ਰਾਈਬ ਕਰਿਓ, ਵਿੱਕੀ ਮਿਊਜ਼ਿਕ, ਇੱਧਰ ਬੋਲੇ ਵੀਰੇ, ਵਿੱਕੀ ਮਿਊਜ਼ਿਕ, ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਨਾ, BICKY ਮਿਊਜ਼ਿਕ, ਟੌਪ ਨੋਚ ਮਿਊਜ਼ਿਕ ਵੀ ਥੱਲੇ ਛੋਟਾ ਜਿਹਾ ਲਿਖਿਆ ਹੋਇਆ, ਤੁਸੀਂ ਜਾ ਕੇ ਮੇਰੇ 3 ਗਾਣੇ ਆਏ ਹੋਏ, ਅਤੇ ਲਾਈਕ ਤੁਸੀਂ ਜਾ ਕੇ ਚੈੱਕ ਕਰਿਓ, ਸਬਸਕ੍ਰਾਈਬ ਕਰਿਓ ਪਲੀਜ਼। ਨਹੀਂ ਨਹੀਂ, ਮੈਂ ਸਾਰੇ ਲਿੰਕ ਦੇ ਰਿਹਾ ਯਾਰ, ਦੇਖੋ ਬਾਈ ਦਾ ਸੁਭਾਅ ਨਾ ਘੈਂਟ ਨਾ ਬਾਈ, ਭਰਾਵਾਂ ਵਰਗਾ ਫੀਲ ਹੈ ਨਾ, ਜਾ ਕੇ ਪਿਆਰ ਦਿਖਾਇਓ, ਸਾਰੇ ਸਬਸਕ੍ਰਾਈਬ ਜ਼ਰੂਰ ਕਰਕੇ ਆਇਓ, ਠੀਕ ਆ, ਆਪਣੀ ਓਡੀਅੰਸ ਸਾਰੀ ਜਾਣੀ ਚਾਹੀਦੀ ਆ, ਅਤੇ ਥੱਲੇ ਕਮੈਂਟਾਂ ਦਾ ਗਾਹ ਪਾ ਦਿਓ, ਜਿਹੜਾ ਜੇ ਕੋਈ ਅਸੀਂ ਵੱਧ ਘੱਟ ਬੋਲ ਗਏ ਤਾਂ ਮਾਫ਼ੀ, ਮੈਨੂੰ ਵੀ ਮਾਫ਼ ਕਰਨਾ, ਮੇਰੇ ਛੋਟੇ ਵੱਡੇ ਭਰਾ, ਮੇਰੀਆਂ ਭੈਣਾਂ, ਮੇਰੇ ਭਰਾ ਭਰਾਵੋ, ਮੈਂ ਜਿਹੜੀ ਗੱਲ ਜਿਹੜਾ ਬੰਦਾ ਮੇਰੇ ਦਿਲ 'ਚ ਸੀ ਮੈਂ ਕਹਿਤਾ, ਕਿਉਂਕਿ ਵੀਰਾ ਕਹਿੰਦਾ ਖੁੱਲ੍ਹ ਕੇ ਗੱਲ ਕਰਨੀ, ਮੈਂ ਖੁੱਲ੍ਹ ਕੇ ਗੱਲ ਕੀਤੀ, ਮੈਂ ਫੇਕਨੈਸ ਨਹੀਂ ਦਿਖਾਈ ਕੋਈ, ਨਹੀਂ ਨਹੀਂ ਠੀਕ ਆ ਵੀਰੇ, ਜਿਹੜੀ ਗੱਲ ਹੈਗੀ ਹੈ ਤਾਂ ਹੈਗੀ ਹੈ, ਜੋ ਦਿਲ 'ਚ ਹੈਗੀ ਆਪਾਂ ਬੋਲਤੀ, ਤੁਸੀਂ ਗੁੱਸਾ ਨਾ ਕਰੋ, ਠੀਕ ਹੈ, ਚਲੋ ਥੈਂਕ ਯੂ, ਮੈਂ ਲੈਣਾ ਤੁਹਾਡੇ ਤੋਂ ਇਜਾਜ਼ਤ, ਅਤੇ ਮਿਲਦੇ ਹਾਂ ਨੈਕਸਟ ਐਪੀਸੋਡ ਵਿੱਚ, ਤਦ ਤੱਕ ਲਈ ਕਿੱਦਾਂ ਵੀਰੇ।